ਸਤਿ ਸ਼੍ਰੀ ਅਕਾਲ ਜੀ ਜਸ ਪੰਜਾਬੀ ਦੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਮਨਿੰਦਰ ਕੌਰ ਪੰਜਾਬ ਭਰ ਦੀਆਂ ਮੰਡੀਆਂ 'ਚ ਇੱਕ ਪਾਸੇ ਜਿੱਥੇ ਝੋਨੇ ਦੀ ਖਰੀਦ ਅਤੇ ਲਿਫਟਿੰਗ ਦੀ ਰਫ਼ਤਾਰ ਮੱਠੀ ਹੋਣ ਕਾਰਨ ਕਿਸਾਨ ਜਥੇਬੰਦੀਆਂ ਵੱਲੋਂ ਸੜਕਾਂ ਜਾਮ ਕੀਤੀਆਂ ਗਈਆਂ ਨੇ ਤਾਂ ਉੱਥੇ ਹੀ ਦੂਜੇ ਪਾਸੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆੜ੍ਹਤੀਆਂ ਅਤੇ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਖੰਨਾ ਮੰਡੀ ਪਹੁੰਚੇ ਜਿੱਥੇ ਕੈਪਟਨ ਅਮਰਿੰਦਰ ਸਿੰਘ ਨੇ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਦੇ ਵਿੱਚ ਝੋਨੇ ਦੇ ਸੀਜ਼ਨ ਸੰਬੰਧੀ ਕਮਿਸ਼ਨ ਏਜੰਟਾਂ ਅਤੇ ਕਿਸਾਨਾਂ ਤੋਂ ਜ਼ਮੀਨੀ ਰਿਪੋਰਟ ਹਾਸਲ ਕੀਤੀ ਹੈ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਘੇਰਿਆ ਹੈ ਅਤੇ ਕਿਹਾ ਹੈ ਕਿ ਮੁੱਖ ਮੰਤਰੀ ਮਾਨ ਦੇ ਕੋਲ ਸਰਕਾਰ ਚਲਾਉਣ ਦਾ ਕੋਈ ਵੀ ਤਜ਼ਰਬਾ ਨਹੀਂ ਹੈ ਸੀਜ਼ਨ ਤੋਂ ਪਹਿਲਾਂ ਮੁੱਖ ਮੰਤਰੀ ਨੂੰ ਕੇਂਦਰ ਸਰਕਾਰ ਦੇ ਕੋਲ ਜਾ ਕੇ ਸਾਰੇ ਮਸਲੇ ਹੱਲ ਕਰਵਾਉਣੇ ਚਾਹੀਦੇ ਸੀ ਤਾਂ ਕੈਪਟਨ ਅਮਰਿੰਦਰ ਸਿੰਘ ਦੇ ਮੰਡੀ ਦੌਰੇ 'ਤੇ ਮੰਤਰੀ ਹਰਪਾਲ ਸਿੰਘ ਚੀਮਾ ਨੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਦੇ ਕੇਂਦਰ ਦੇ ਕੋਲ ਪੰਜਾਬ ਦੀ ਗੱਲ ਨਹੀਂ ਕੀਤੀ ਚੀਮਾ ਨੇ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਕੈਪਟਨ ਮੰਡੀਆਂ ਦੇ ਵਿੱਚ ਜਾ ਕੇ ਡਰਾਮੇਬਾਜ਼ੀ ਕਰ ਰਹੇ ਨੇ ਕੈਪਟਨ ਤਿੰਨ ਕਾਲੇ ਕਾਨੂੰਨਾਂ ਵੇਲੇ ਕੇਂਦਰ ਦੇ ਨਾਲ ਖੜ੍ਹੇ ਸੀ ਅਤੇ ਸ਼ੁਰੂ ਤੋਂ ਹੀ ਕੈਪਟਨ ਸਾਹਾ ਭਾਜਪਾ ਦੇ ਨਾਲ ਰਲੇ ਹੋਏ ਸਨ ਕੇਂਦਰ ਨੇ ਪੰਜਾਬ ਦਾ ਝੋਨਾ ਨਹੀਂ ਚੁੱਕਿਆ ਪੰਜਾਬ ਸਿਰਫ ਖੰਨਾ ਨਹੀਂ ਸਾਰੇ ਪੰਜਾਬ ਦੀਆਂ ਮੰਡੀਆਂ ਭਰੀਆਂ ਪਈਆਂ ਝੋਨਾ ਚੱਕਿਆ ਨਹੀਂ ਜਾ ਰਿਹਾ ਪੈਸੇ ਲੋਕਾਂ ਨੂੰ ਮਿਲ ਨਹੀਂ ਰਹੇ ਜਿਹੜੇ ਇਹੀ ਗੱਲਾਂ ਨੇ ਅੱਜ 10 ਸਾਲ ਮੈਂ ਚਲਾਈ ਹੈ ਇੱਥੇ ਕਣਕ ਦੀ ਝੋਨੇ ਦੀ ਕਦੇ ਇੱਕ ਦਿਨ ਕਿਸੇ ਨੂੰ ਆਪਣੇ ਘਰ 'ਚ ਲੈ ਕੇ ਨਹੀਂ ਬੈਠੇ ਉਹਨਾਂ ਦੀ ਪੇਮੈਂਟ ਹੁੰਦੀ ਸੀ ਮੌਕੇ ਆਪਣੇ ਕਹਿਣ ਤੇ ਉਹਦੇ ਕਹਿਣ ਤੇ ਨਵੀਂ ਝੋਨਾ ਲਾਇਆ ਔਰ ਹੁਣ ਇਹਦੇ ਤੇ ਜਦ ਕਿਸਾਨੀ ਨੂੰ ਕੋਈ ਔਖ ਆ ਰਹੀ ਹੈ ਇਹ ਕੋਈ ਤਰੀਕਾ ਆਇਆ ਉਰੇ ਕਿਸੇ ਮੰਡੀ 'ਚ ਗਿਆ ਭਗਵੰਤ ਮਾਨ ਗੱਲਬਾਤ ਕਰੇ ਅੜਚਣਾਂ ਆ ਰਹੀਆਂ ਨੇ ਮੈਂ ਕਹੂੰਗਾ ਪਰ ਜ਼ਿੰਮੇਵਾਰੀ ਮੇਰੀ ਹੈ ਐਜ਼ ਅ ਪੰਜਾਬੀ ਐਜ਼ ਅ ਕਿਸਾਨ ਪੈਸੇ ਕਿਥੋਂ ਆਏ ਉੱਥੋਂ ਸੈਂਟਰ ਚੋਂ ਆਏ ਔਰ ਜਦ ਵਾਜਪਾਈ ਜੀ ਸੀ ਉੱਥੇ ਕੋਈ ਪ੍ਰੋਬਲਮ ਆਈ ਸੀ ਮੈਨੂੰ ਕਿਤੇ ਜਿਹੜਾ ਕੁਛ ਮੈਂ ਮੰਗਦਾ ਸੀ ਦਿੰਦਾ ਸੀ ਇੱਕ ਦਿਨ ਵੀ ਕੋਈ ਕਿਸਾਨ ਆਪਣੇ ਇੱਥੇ ਢੇਰੀ ਦੇ ਕੋਲ ਬੈਠਾ ਰਹੇ ਮੈਨੂੰ ਕੌਣ ਕਹਿ ਰਿਹਾ ਸੀ 8 ਦਿਨ ਮੈਂ ਬੈਠਾ ਉਹਨੇ ਆਹ ਢੇਰੀ ਜਿਹੜੀ ਆਪਾਂ ਹੁਣ ਦੇਖ ਕੇ ਆਏ ਪੈਸੇ ਸਾਰਿਆਂ ਨੂੰ ਮਿਲ ਜਾਂਦੇ ਸੀ ਜਿੱਥੇ ਤਾਈਂ ਅੜਚਣੇ ਜਿਹੜੇ ਮੋਇਸਚਰ ਦਾ ਮਸਲਾ ਸੀ ਇਹ ਬੜਾ ਪੁਰਾਣਾ ਮਸਲਾ ਪਰ ਹੁਣ ਮੋਇਸਚਰ ਬਹੁਤ ਵੱਧ ਗਿਆ ਨਵੀਂ ਵਰਾਇਟੀ ਦੇ ਨਾਲ ਅੱਛਾ ਵਰਾਇਟੀ ਕਿਉਂ ਦਿੱਤੀ ਜਦੋਂ ਤੁਸੀਂ ਟੈਸਟ ਨਹੀਂ ਕਰਦੇ ਵਰਾਇਟੀ ਨੂੰ ਪਹਿਲਾਂ 2-3 ਵਾਰ ਤੁਹਾਨੂੰ ਟੈਸਟ ਕਰਨਾ ਪੈਂਦਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੂੰ ਜਾਂ ਜਿੱਥੇ ਵੀ ਟੈਸਟ ਕਰਾਉਣਾ ਚਾਹੁੰਦੇ ਨੇ ਔਰ ਫਿਰ ਦੇਖੇ ਕਿ ਜਿਹੜੀ ਮੋਇਸਚਰ ਹੈ ਉਹਦੇ ਵਿੱਚ ਇੰਨੀ ਅਗਰ ਹੈ ਤਾਂ ਫਿਰ ਕਿਉਂ ਤੁਸੀਂ ਦਿੰਦੇ ਹੋ ਪੰਜਾਬ ਕਿਸਾਨੀ ਨੂੰ ਔਰ ਦੇ ਕੇ ਇਹ ਪੈਦਾ ਕਰਦੇ ਨੇ ਫਿਰ ਤੁਸੀਂ ਖਰੀਦਣ ਤੋਂ ਇਨਕਾਰ ਕਰਦੇ ਹੋ ਔਰ ਚੀਫ ਮਿਨਿਸਟਰ ਨੂੰ ਕੁਛ ਜ਼ਿਆਦਾ ਨਹੀਂ ਦਿੰਦੀ ਦੱਸਣ ਵਾਸਤੇ ਕਿ 3% ਕਿਉਂ ਮੋਇਸਚਰ ਇਹ ਚੀਜ਼ਾਂ ਮੁੱਖ ਮੰਤਰੀ ਨੂੰ ਦੇਖਣੀਆਂ ਚਾਹੀਦੀਆਂ ਨੇ ਦੈਟ ਇਜ਼ ਵਾਈ ਮੁੱਖ ਫਿਰ ਗਵਰਨਮੈਂਟ ਕਿਉਂ ਬਣਾਉਂਦੇ ਹੋ ਤੁਸੀਂ ਗਵਰਨਮੈਂਟ ਇਸੇ ਕੰਮ ਵਾਸਤੇ ਬਣਾਉਂਦੇ ਪਰ ਹੁਣ ਮੋਰੀ ਬਣ ਕੇ ਸੈਂਟਰ ਕੋਲ ਇਹਦੇ ਮੁੱਦੇ ਲੈ ਕੇ ਹੱਲ ਮੈਂ ਜਾਊਂਗਾ ਮੈਂ ਤਾਂ ਬਾਹਰ ਮੈਂ 8 ਮਿੰਟ ਦਾ ਕੰਮ ਸੀ 4 ਦਿਨਾਂ ਬਾਅਦ ਹੀ 4 ਦਿਨ ਪਹਿਲਾਂ ਹੀ ਆਇਆ ਔਰ ਮੈਂ ਦੇਖਦਾ ਰਹਿੰਦਾ ਸੀ ਉੱਥੇ ਵੀ ਆ ਸੋਸ਼ਲ ਮੀਡੀਆ ਤੁਹਾਡੇ ਚੈਨਲ ਸਾਰੇ ਚੱਲਦੇ ਨੇ ਜਿੱਥੇ ਵੀ ਜਾਂਦੇ ਹੋ ਅਤੇ ਉਹਦੇ 'ਚ ਸਾਰਾ ਕੁਛ ਤਾਂ ਹੀ ਮੈਂ ਆਇਆ ਹਾਂ ਮੈਨੂੰ ਪਤਾ ਹੈ ਉੱਥੇ ਕੀ ਪੰਜਾਬ 'ਚ ਹੋ ਰਿਹਾ ਹੈ ਲੇਕਿਨ ਆਪਣੇ ਅੱਖਾਂ ਨਾਲ ਮੈਂ ਆ ਕੇ ਔਰ ਤੁਹਾਡੀ ਗੱਲਾਂ ਸੁਣਨਾ ਚਾਹੁੰਦਾ ਸੀ ਖਰਾ ਜੇ ਇੱਥੋਂ ਪੰਜਾਬ ਦੇ ਆੜ੍ਹਤੀਆਂ ਨੂੰ ਕਿਸਾਨਾਂ ਨੂੰ ਸ਼ੈਲਰ ਮਾਲਕਾਂ ਨੂੰ ਕੀ ਭਰੋਸਾ ਦੇ ਕੇ ਚੱਲਿਓ ਖੰਨਾ ਮੰਡੀ 'ਚੋਂ ਜੀ ਮੈਂ ਕੀ ਭਰੋਸਾ ਦੇ ਸਕਦਾ ਮੈਂ ਤਾਂ ਸੈਂਟਰ ਗਵਰਨਮੈਂਟ ਦਾ ਗਵਰਨਮੈਂਟ ਆਫ ਇੰਡੀਆ ਦਾ ਇਹਦੇ 'ਚ ਹੋਰ ਨਹੀਂ ਗਵਰਨਮੈਂਟ ਇੰਡੀਆ ਨੇ 44,000 ਕਰੋੜ ਦੇ
अगर पंजाब गवर्नमेंट को होर पैसों की लोड़ है और घाट 47 तो ज़्यादा की लोड़ है जरूर जावे सेंटर को पूछने और मॉइस्चर का मसला भी जिहड़ा भगवंत मान की सरकार ने इत्थे नवा झोना लगवाया है 126 जोपनसेशन मिलनी चाहिए इन्होंने कितों लैन के पैसे इन्हों भी मिलनी चाहिए मनिंदर कौर नूं दिओ इजाजत। सत श्री अकाल।